ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤਾਂ ਪੰਜਾਬੀ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਸਰਕਾਰਾਂ ਨੇ ਸਾਰੇ ਜਿਹੜੇ ਆਪਣੇ ਸੋਸ਼ਲ ਮੀਡੀਆ ਦੇ ਖਾਤੇ ਆ ਭਰਾਵੋ ਬੰਦ ਕਰ ਦਿੱਤੇ ਆ। ਸੋ ਮੈਂ ਅਪੀਲ ਕਰਦਾ, ਇੱਕ ਤਾਂ ਮੇਰਾ ਵੀਰਾ ਜਿਹੜਾ ਆਪਣਾ ਨਵਾਂ ਬਣਾਇਆ ਖਾਤਾ ਇਹਦੇ ਨਾਲ ਜੁੜੋ ਤਾਂ ਕਿ ਆਪਣੀ ਗੱਲਬਾਤ ਜਿਹੜੀ ਸਾਂਝੀ ਹੁੰਦੀ ਰਹੇ। ਸੋ ਆਪਾਂ ਅੱਜ ਗੱਲ ਕਰਨੀ ਹੈ ਜੋ ਸਾਡਾ ਸ਼ਹੀਦ ਕਿਸਾਨੀ ਮੋਰਚੇ ਦਾ ਸ਼ੁਭਕਰਨ ਸਿੰਘ, ਉਹਦਾ ਕੱਲ ਨੂੰ ਭੋਗ ਹੈ ਪਿੰਡ ਬੱਲੋ ਵਿਖੇ। ਸੋ ਸਾਰੀਆਂ ਸੰਗਤਾਂ ਨੂੰ, ਪੰਜਾਬੀਆਂ ਨੂੰ ਅਪੀਲ ਹੈ ਕਿ ਕੱਲ ਨੂੰ ਪਿੰਡ ਬੱਲੋ ਸਮਾਂ 10 ਵਜੇ ਜ਼ਿਲ੍ਹਾ ਬਠਿੰਡਾ ਪਹੁੰਚਣ ਦੀ ਖੇਚਲਾ ਕਰਨੀ। ਤੇ ਦੂਜੀ ਆਪਾਂ ਅੱਜ ਗੱਲ ਕਰਨੀ ਹੈ ਕਿ ਜਿੱਥੇ ਲਗਾਤਾਰ ਇੱਕ ਪਾਸੇ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ, ਸਾਡੀ ਨੌਜਵਾਨੀ ਦੀਆਂ ਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਨੇ, ਸਾਡੇ ਨੌਜਵਾਨਾਂ ਦੇ ਮੁਕੱਦਮੇ ਦਰਜ ਕੀਤੇ ਜਾ ਰਹੇ ਆ, ਉਹ ਦੂਜੇ ਪਾਸੇ ਸਾਡੇ ਜ਼ਖਮਾਂ ਦੇ ਉੱਤੇ ਹੋਰ ਲੂਣ ਭੁੱਕਿਆ ਜਾ ਰਿਹਾ ਹੈ। ਤੁਹਾਡੇ ਧਿਆਨ ਚ ਹੋਣਾ ਲਖੀਮਪੁਰ ਖੀਰੀ ਦੀ ਘਟਨਾ। ਲਖੀਮਪੁਰ ਖੀਰੀ ਦੇ ਵਿੱਚ ਕਿਸਾਨੀ ਮੋਰਚੇ ਦੌਰਾਨ ਅਜੇ ਮਿਸ਼ਰਾ ਟੈਣੀ ਜਿਹੜਾ ਉਥੋਂ ਦਾ MP ਸੀ, ਮੈਂਬਰ ਪਾਰਲੀਮੈਂਟ ਸੀ BJP ਵੱਲੋਂ, ਜਿਹਨੇ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਕਿਸਾਨਾਂ ਨੂੰ ਦਰੜਤਾ ਸੀ, ਮਾਰਤਾ ਸੀ, ਕਈ ਕਿਸਾਨ ਜ਼ਖਮੀ ਹੋ ਗਏ ਸੀ। ਸੋ ਉਸੇ ਅਜੇ ਮਿਸ਼ਰਾ ਟੈਣੀ ਨੂੰ ਦੁਬਾਰਾ BJP ਨੇ ਲਖੀਮਪੁਰ ਖੀਰੀ ਤੋਂ ਫਿਰ ਭਰਾਵੋ ਆਪਣਾ ਉਮੀਦਵਾਰ ਲਾਉਂਦੇ ਆ। ਸੋ ਇੱਕ ਤਾਂ ਪੰਜਾਬੀ ਉਹ ਧਿਆਨ ਰੱਖਿਓ ਹੁਣ ਗੱਲ ਦਾ, ਤੁਹਾਡੇ ਪਿੰਡਾਂ ਚ ਆਉਣਾ ਨੇ ਵੋਟਾਂ ਮੰਗਣ BJP ਵਾਲਿਆਂ ਨੇ, ਹੁਣ ਖੜਾ ਖੜਾ ਕੇ ਸਵਾਲ ਪੁੱਛਣੇ ਆ ਘੇਰ ਕੇ ਤੇ ਛਤਰਾਂ ਦੇ ਹਾਰ ਗਲ ਚ ਪਾਉਣੇ ਇਹਨਾਂ ਦੇ, ਪੁੱਛਣਾ ਵੀ ਤੁਸੀਂ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਹੁਣ ਵੀ ਸ਼ੰਭੂ ਖਨੌਰੀ ਬਾਰਡਰਾਂ ਦੇ ਮਾਰ ਰਹੇ ਆ, ਕੁੱਟਮਾਰ ਕਰ ਰਹੇ ਆ, ਲੱਤਾਂ ਬਾਹਾਂ ਤੋੜ ਰਹੇ ਆ, ਪਰਚੇ ਪਾ ਰਹੇ ਆ, ਸਾਡੇ ਬੈਠੇ ਕਿਸਾਨਾਂ ਨੂੰ ਜਲੀਲ ਵੀ ਕਰ ਰਹੇ ਆ ਤੇ ਉਲਟਾ ਸਾਡੇ ਕਾਤਲਾਂ ਨੂੰ ਟਿਕਟਾਂ ਨਾਲ ਵੀ ਨਵਾਜ ਰਹੇ ਹੋ। ਆਪਾਂ ਦੇਖਦੇ ਰਹੇ ਹਾਂ ਵੀ ਕਿਵੇਂ ਐਸੇ ਜਗਦੀਸ਼ ਟੈਟਲ ਵਰਗੇ, ਸੱਜਣ ਕੁਮਾਰ ਵਰਗੇ, ਐਚਲ ਕੇ ਭਗਤ ਵਰਗੇ, ਉਹਨਾਂ ਨੂੰ ਕਿਵੇਂ ਕਾਂਗਰਸ ਵੀ ਟਿਕਟਾਂ ਦਿੰਦੀ ਰਹੀ ਹੈ ਸਾਡੇ ਕਾਤਲਾਂ ਨੂੰ, ਉਹੀ ਕੰਮ ਭਰਾਵੋ BJP ਨੇ ਸ਼ੁਰੂ ਕਰਤਾ। ਪਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਰਲੇ ਸਾਰੇ ਇਕੱਠੇ ਨੇ ਇਹ, ਜੇ ਸਾਨੂੰ ਲੱਗਦਾ ਵੀ ਕੋਈ ਇਹ ਪੰਜਾਬ ਦਾ ਮੁੱਖ ਮੰਤਰੀ ਸਾਡੇ ਹੱਕ ਚ ਆ ਤਾਂ ਇਹ ਭੁਲੇਖਾ ਆਪਣੇ ਦਿਮਾਗ ਚੋਂ ਕੱਢ ਦਿਓ। ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਕਿਸਾਨਾਂ ਨਾਲ ਹੈ, ਮੈਂ ਪੰਜਾਬ ਨਾਲ ਹੈ, ਭਰਾਵੋ 8 ਦਿਨਾਂ ਬਾਅਦ ਸ਼ੁਭਕਰਨ ਦੀ FIR ਦਰਜ ਹੋਈ। 8 ਦਿਨਾਂ ਬਾਅਦ, 21 ਨੂੰ ਉਹਦਾ ਕਤਲ ਹੁੰਦਾ, ਉਹਦੀ ਮੌਤ ਹੁੰਦੀ ਹੈ, ਸ਼ਹੀਦੀ ਪਾਉਂਦਾ ਉਹ, ਤੇ 28 ਤਰੀਕ ਨੂੰ ਮੁਕੱਦਮਾ ਦਰਜ ਹੁੰਦਾ, ਉਹ ਵੀ ਹੁੰਦਾ ਅਣਪਛਾਤਿਆਂ ਦੇ ਉੱਤੇ, 0 FIR। ਤੁਹਾਡੇ ਧਿਆਨ ਚ ਹੋਣਾ, ਯਾਦ ਹੋਣਾ ਵੀ ਜਦੋਂ ਬਹਿਵਲ ਗੋਲੀਕਾਂਡ ਵਾਪਰਿਆ ਸੀ ਤਾਂ ਇਹੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਅੱਜ ਬਣਿਆ ਹੋਇਆ ਭਾਂਸਿਓ ਮਾਨ, ਇੱਕ ਗੱਲ ਕਹਿੰਦਾ ਸੀ ਕਿ ਪੁਲਿਸ ਕਿਵੇਂ ਅਣਪਛਾਤੀ ਹੋਊਗੀ ਜੀ, ਪੰਜਾਬ ਦੇ ਗ੍ਰਹਿ ਮੰਤਰੀ ਦੇ ਮੁਕੱਦਮਾ ਦਰਜ ਹੋਣਾ ਚਾਹੀਦਾ। ਉਸ ਵੇਲੇ ਦਾ ਗ੍ਰਹਿ ਮੰਤਰੀ ਸੀ ਸੁਖਬੀਰ ਸਿੰਘ ਬਾਦਲ, ਫਿਰ ਹੁਣ ਗ੍ਰਹਿ ਮੰਤਰੀ ਹਰਿਆਣੇ ਦੇ ਉੱਤੇ ਕਿਉਂ ਨੀ ਮੁਕੱਦਮਾ ਦਰਜ ਹੋਇਆ ਬਈ, ਕਿਉਂ ਨੀ ਪੁਲਿਸ ਤੇ ਮੁਕੱਦਮਾ ਦਰਜ ਹੋਇਆ, ਹੁਣ ਅਣਪਛਾਤਾਂ ਨੇ ਮੁਕੱਦਮਾ ਦਰਜ ਕਰਤਾ? ਇਹ ਤਾਂ ਲੋਕਾਂ ਨੇ ਜ਼ੋਰ ਜ਼ਾਰ ਪਾ ਕੇ ਭਰਾਵੋ ਕਰਾ ਲਿਆ, ਨਹੀਂ ਤਾਂ ਤੁਸੀਂ ਦੂਜੇ ਪਾਸੇ ਦੇਖ ਹੀ ਰਹੇ ਹਾਂ, ਪ੍ਰਿਤਪਾਲ ਜਿਹੜਾ
ਲੱਤਾਂ ਬਾਹਾਂ ਤੋੜ ਕੇ ਕਰੀ ਕਰਕੇ ਭੰਨ ਕੇ ਉਹ PGI ਪਾਇਆ ਪਿਆ, ਉਹਦਾ ਕੋਈ ਮੁਕੱਦਮਾ ਦਰਜ ਨਹੀਂ ਹੋਇਆ। ਦੋ ਮੁੰਡਿਆਂ ਦੀਆਂ ਅੱਖਾਂ ਗਈਆਂ, ਇੱਕ ਕੱਖ ਚਲੀ ਗਈ, ਉਹਦਾ ਕੋਈ ਮੁਕੱਦਮਾ ਦਰਜ ਨਹੀਂ ਹੋਇਆ। ਤਿੰਨ ਜਣੇ ਲੱਤਾਂ ਟੁੱਟੀਆਂ, ਬਾਹਾਂ ਟੁੱਟੀਆਂ, ਕੋਈ ਮੁਕੱਦਮਾ ਦਰਜ ਨਹੀਂ। 250 ਬੰਦਾ ਜ਼ਖਮੀ ਹੈ, ਕੋਈ ਮੁਕੱਦਮਾ ਦਰਜ ਨਹੀਂ। ਸਾਡੇ ਉੱਥੇ ਦਰਜਨਾਂ ਦੀ ਗਿਣਤੀ ਦੇ ਵਿੱਚ ਵਾਹਨ ਸਾਡੇ ਜਿਹੜੇ ਮਸ਼ੀਨਰੀ ਸੀਗੀ, ਟਰੈਕਟਰ ਗੱਡੀਆਂ, ਉਹ ਭੰਨੇ ਗਏ, ਟਾਇਰ ਵੱਢੇ ਗਏ, ਟੈਂਕੀਆਂ ਭੰਨੀਆਂ, ਸਟੀਅਰਿੰਗ ਭੰਨਤੇ, ਕੋਈ ਮੁਕੱਦਮਾ ਦਰਜ ਨਹੀਂ। ਦੂਜੇ ਪਾਸੇ ਇਸ ਗੱਲ ਤੋਂ ਧਿਆਨ ਭਟਕਾਉਣ ਦੇ ਲਈ ਆ ਨਵਾਂ ਡਰਾਮਾ ਭਾਂਸਿਓ ਨੇ ਸ਼ੁਰੂ ਕਰ ਲਿਆ ਕਿ ਬਾਲਾਸਰ ਫਾਰਮ ਦੀਆਂ ਗੱਲਾਂ ਕਰਨ ਲੱਗ ਗਿਆ ਜੀ। ਇਹ ਬਾਲਾਸਰ ਫਾਰਮ ਜੀ, ਇਹ ਸੁੱਖ ਵਿਲਾਸ ਦੀ ਗੱਲ, ਸੱਚ ਬਾਲਾਸਰ ਨੇ ਸੁੱਖ ਵਿਲਾਸ ਦੀ ਗੱਲ ਕਰਦਾ ਕਿ ਸੁਖਬੀਰ ਬਾਦਲ ਦਾ ਸੁੱਖ ਵਿਲਾਸ ਹੈ ਜੀ, ਉੱਥੇ ਆਹ ਗੈਰ ਕਾਨੂੰਨੀ ਹੈ ਜੀ, ਉੱਥੇ ਆਹ ਗੈਰ ਕਾਨੂੰਨੀ ਹੈ। ਸੋ ਭਵੰਤ ਸਿੰਘ ਤੇਰੇ ਕੋਲ ਗੱਲਾਂ ਦਾ ਕੜਾ ਬਈ, ਕਿੱਥੇ ਗਿਆ ਚੰਨੀ ਨੂੰ 2 ਕਰੋੜ ਰੁਪਇਆ ਰਿਸ਼ਵਤ ਦੇਣ ਵਾਲਾ ਬੰਦਾ, ਉਹਨੂੰ ਡਿਊਟੀ ਲਾਤਾ, ਚੰਨੀ ਨੂੰ ਅੰਦਰ ਕਰਤਾ? ਕਿੱਥੇ ਗਈਆਂ ਰਾਜੇ ਵੜਿੰਗ ਦੀਆਂ ਬੱਸਾਂ ਦੀਆਂ ਬਾਡੀਆਂ ਦਾ ਘਪਲੇ ਦੀਆਂ ਫਾਈਲਾਂ ਜਿਹੜੀਆਂ ਤੂੰ ਕਹਿੰਦਾ ਸੀਗਾ ਮੇਰੇ ਮੇਜ਼ ਤੇ ਪਈਆਂ ਨੇ? ਕਿੱਥੇ ਗਿਆ ਆਪਣਾ ਵਿਜੇ ਸਿੰਗਲਾ ਜਿਹੜਾ ਮਾਨਸਾਲਾ ਤੁਸੀਂ ਆਪ ਹੀ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ, ਅੱਜ ਤੁਹਾਡੇ ਸਾਰੇ ਪ੍ਰੋਗਰਾਮ ਚ ਅੱਗੇ ਹੁੰਦਾ? ਕਿੱਥੇ ਗਿਆ ਅਮਿਤ ਰਤਨ ਬਠਿੰਡੇ ਦਿਹਾਤੀ ਵਾਲਾ MLA? ਕਿੰਨੀਆਂ ਗੱਲਾਂ ਤੂੰ ਇਹਨੂੰ ਪਹਿਲਾਂ ਕਰ ਚੁੱਕਿਆ, ਕਿਹੜੀ ਗੱਲ ਤੇ ਖਰਾ ਉਤਰਿਆ? ਹੁਣ ਦੇਖਾਂਗੇ ਜਦੋਂ ਤੂੰ ਸੁਖਬੀਰ ਸਿੰਘ ਬਾਦਲ ਦੇ ਸੁੱਖ ਵਿਲਾਸ ਦੇ ਉੱਤੇ ਕਾਰਵਾਈ ਕਰਦਾ ਹੈ। ਤੁਸੀਂ ਪਹਿਲਾਂ ਵੀ ਕਹਿੰਦੇ ਰਹੇ ਹੈ ਕਿ ਸੁੱਖ ਵਿਲਾਸ ਦੇ ਵਿੱਚ ਸਕੂਲ ਖੋਲਾਂਗੇ, ਹੁਣ ਆ ਕੱਖ ਨੀ ਭਰਾਵਾ, ਗੱਲਾਂ ਦਾ ਕੜਾ ਜਿੰਨਾ ਮਰਜ਼ੀ ਬਣਾਈ ਚੱਲ, ਨਾਲੇ ਤੂੰ ਸਰਕਾਰ ਹੈ, ਤੇਰੇ ਹੱਥ ਚ ਕਾਨੂੰਨ ਹੈ, ਤੇਰੇ ਹੱਥ ਚ ਪੁਲਿਸ ਹੈ, ਤੂੰ ਜੋ ਮਰਜ਼ੀ ਹੁਕਮ ਕਰਦਾ, ਜਿਹਦੇ ਮਰਜ਼ੀ ਕਾਰਵਾਈ ਕਰਾ ਸਕਦਾ। ਤੇਰਾ ਕੰਮ ਕਾਰਵਾਈ ਕਰਨ ਦਾ, ਗੱਲਾਂ ਕਰਨ ਦਾ ਨਹੀਂ। ਅਸਲ ਭਰਾਵੋ ਧਿਆਨ ਦੇਣ ਦੀ ਲੋੜ ਆ ਪੰਜਾਬੀਓ। ਇਹ ਆ ਸਾਰੇ ਮੁੱਦੇ ਤੋਂ, ਕਿਸਾਨਾਂ ਦੇ ਮੁੱਦੇ ਤੋਂ ਧਿਆਨ ਭਟਕਾ ਕੇ ਵੀ ਲੋਕ ਮੈਨੂੰ ਸਵਾਲ ਕਰਨਗੇ ਵੀ ਇੰਨੇ ਦਿਨਾਂ ਬਾਅਦ FIR ਕਿਉਂ ਦਰਜ ਕੀਤੀ ਹੈ, ਇੰਨੇ ਦਿਨ ਹੋ ਗਏ ਸਾਡੇ ਮੁੰਡਿਆਂ ਨੂੰ ਫੱਟੜ ਹੋਇਆ, ਲੱਤਾਂ ਬਾਹਾਂ ਤੋੜਿਆਂ ਨੂੰ, ਉਹਦੇ ਮੁਕੱਦਮੇ ਕਿਉਂ ਨਹੀਂ ਦਰਜ ਕਰ ਰਿਹਾ? ਆ ਸਾਰਾ ਧਿਆਨ ਭਟਕਾਉਣ ਦੇ ਲਈ ਇਹਨੇ ਚੱਕ ਕੇ ਸੁੱਖ ਵਿਲਾਸ ਵਾਲੀ ਗੱਲ ਅੱਗੇ ਕੱਢ ਲਿਆਂਦੀ। ਆ ਲਈ ਫਿਰਦਾ ਕੇਜਰੀਵਾਲ ਨੂੰ, ਇੱਥੇ 2-3 ਦਿਨਾਂ ਦੇ ਦੌਰੇ ਤੇ ਕੇਜਰੀਵਾਲ ਆਇਆ, ਪਹਿਲਾਂ ਜਹਾਜ਼ ਉੱਡਦਾ ਦਿੱਲੀ ਨੂੰ, ਉਹਨੂੰ ਲੈ ਕੇ ਆਉਂਦਾ, ਫਿਰ ਜਹਾਜ਼ ਦੁਬਾਰਾ ਉੱਡਦਾ, ਉਹਨੂੰ ਛੱਡ ਕੇ ਆਉਂਦਾ। ਪਹਿਲਾਂ ਜਾਣ ਦਾ ਗੇੜਾ, ਫਿਰ ਆਉਣ ਦਾ ਗੇੜਾ, ਫਿਰ ਛੱਡਣ ਦਾ ਗੇੜਾ, ਫਿਰ ਵਾਪਸ ਮੁੜਨ ਦਾ ਗੇੜਾ। ਆਈ ਸਾਡਾ ਕਈ ਕਰੋੜਾਂ ਰੁਪਈਆਂ ਦਾ ਤੇਲ ਜਹਾਜ਼ਾਂ 'ਚ ਆਈ ਫੂਕੀ ਜਾਂਦਾ ਹੈ। ਕਰਨਾ ਤਾਂ ਕਹਿੰਦਾ ਜੀ ਮੁਹੱਲਾ ਕਲੀਨ ਕਰਨ ਦਾ ਉਦਘਾਟਨ ਹੈ ਜੀ, ਇੱਥੇ ਮੁਹੱਲਾ ਕਲੀਨ ਕਰਨ ਦਾ ਉਦਘਾਟਨ ਕਰਾਉਣ ਲਈ ਵੀ ਇੱਥੇ ਕੇਜਰੀਵਾਲ ਆ ਰਿਹਾ। ਕੀ ਗੱਲ ਬਈ, ਪੰਜਾਬ ਦਾ ਤੂੰ ਮੁੱਖ ਮੰਤਰੀ ਹੈ, ਕੇਜਰੀਵਾਲ ਮੁੱਖ ਮੰਤਰੀ ਹੈ, ਉਦਘਾਟਨ ਤੂੰ ਕਰਦੇ, ਤੇਰੇ ਕੋਲ 90-91 ਹੋਰ ਬੰਦੇ ਆ, ਮੰਤਰੀ ਹੈ, MLA, ਉਹਨਾਂ ਤੋਂ ਕਰਾ ਦੇ, ਜਾਂ ਫਿਰ ਆਪਣਾ ਉਹਦਾ ਛੱਡ ਤੇ ਮੁੱਖ ਮੰਤਰੀ ਕੇਜਰੀਵਾਲ ਨੂੰ ਬਣਾ ਦੇ। ਵੈਸੇ ਤਾਂ ਹੈਗੀ ਹੈ, ਵੈਸੇ ਤਾਂ ਕੋਈ ਸ਼ੱਕ ਨਹੀਂ ਹੈਗੀ, ਵੈਸੇ ਤਾਂ ਹੈਗੀ ਹੈ, ਕਿਉਂਕਿ ਸਾਰਾ ਕੁਛ ਹੀ ਉਹ ਉਹਨਾਂ ਦੇ ਮੁਤਾਬਕ, ਉਹਨਾਂ ਦੇ ਹੱਥ ਦਾ ਰਿਮੋਟ ਕੰਟਰੋਲ ਉਹਨਾਂ ਕੋਲੇ ਹੈ, ਉਹਨਾਂ ਮੁਤਾਬਕ ਤੂੰ ਚੱਲਦਾ। ਪਰ ਤੂੰ ਸਿੱਧੇ ਰੂਪ ਜੀ ਐਲਾਨ ਕਰ ਦੇ ਕਿ ਭਰਾਓ ਮੈਂ ਹਟਿਆ ਪਾਸੇ, ਹੁਣ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੇਜਰੀਵਾਲ ਹੋਊਗਾ। ਸੋ ਪੰਜਾਬ ਦੇ ਲੋਕੋ, ਤੁਹਾਨੂੰ ਬਾਈ ਵਾਰ ਵਾਰ ਇਹੀ ਅਪੀਲਾਂ ਕਰਦੇ ਹਾਂ ਕਿ ਇਹਨਾਂ ਦੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਲਗਾਤਾਰ ਇਹ ਤੁਹਾਨੂੰ ਗੁੰਮਰਾਹ ਕਰ ਰਿਹਾ ਬੰਦਾ, ਲਗਾਤਾਰ ਝੂਠ ਗੱਪ ਤੂਫਾਨ ਇਹ ਤੁਹਾਡੀ ਨਬਜ਼ ਫੜੀ ਬੈਠਾ ਵੀ ਕਿਵੇਂ ਲੋਕਾਂ ਦਾ ਧਿਆਨ ਭਟਕਾਉਣਾ, ਕਿਵੇਂ ਲੋਕਾਂ ਦਾ ਧਿਆਨ ਇੱਕ ਪਾਸੇ ਦੂਜੇ ਪਾਸੇ ਲਾਉਣਾ, ਪੱਟ ਕੇ ਉਹੀ ਕੰਮ ਕਰ ਰਿਹਾ। ਸੋ ਕਿਸਾਨੀ ਮੋਰਚੇ 'ਚ ਬਾਈ ਡਟੇ ਰਹੋ, ਵੱਧ ਤੋਂ ਵੱਧ ਵੱਡੀਆਂ ਗਿਣਤੀਆਂ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ ਵਹੀਰਾਂ ਘੱਤ ਕੇ, ਬਾਰੀਆਂ ਬੰਨ ਕੇ ਸੰਭੂ ਖਨੌਰੀ ਪਹੁੰਚੋ ਬਾਈ। ਲੜਾਈ ਵੱਡੀ ਹੈ, ਲੜਾਈ ਲੰਮੀ ਹੈ, ਦੋ ਵੇਲੇ ਗੁਰੂ ਘਰਾਂ 'ਚ ਅਰਦਾਸ ਕਰਿਆ ਕਰੋ। ਦੋ ਵੇਲੇ ਮੈਂ ਬੇਨਤੀ ਕਰਦਾ ਗੁਰੂ ਘਰਾਂ ਦੇ ਗ੍ਰੰਥੀ ਸਾਹਿਬਾਨਾਂ ਨੂੰ
ਕਿ ਦੋ ਵੇਲੇ ਪੰਜ ਪੰਜ ਦਸ ਦਸ ਮਿੰਟ ਰੋਜ਼ ਆਪਣੇ ਲੋਕਾਂ ਨੂੰ ਜਗਾਓ, ਹੋਕਾ ਦਿਓ ਵੀ ਚਲੋ ਭਾਈ ਬਾਰਡਰਾਂ ਵੱਲ, ਚਲੋ ਬਾਰਡਰਾਂ ਵੱਲ। ਜਿੰਨੀ ਤੁਹਾਡੀ ਗਿਣਤੀ ਬਾਰਡਰਾਂ ਤੇ ਹੋਣੀ ਹੈ ਓਨਾ ਹੀ ਸਰਕਾਰ ਨੇ ਗੋਡੇ ਭਾਰ ਹੋਣਾ। ਹਾਜ਼ਰੀ ਯਕੀਨੀ ਬਣਾਓ। ਜਿੰਨੇ ਖਨੌਰੀ ਦੇ ਆਲੇ ਦੁਆਲੇ ਪਿੰਡ ਨੇ, ਜਿੰਨੇ ਸ਼ੰਭੂ ਦੇ ਆਲੇ ਦੁਆਲੇ ਪਿੰਡ ਨੇ, ਉਹਨਾਂ ਪਿੰਡਾਂ ਨੂੰ ਖਾਸ ਤੌਰ ਤੇ ਅਪੀਲ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਰੋਜ਼ ਨੌਜਵਾਨੋ ਉੱਥੇ ਚਾਰ ਚਾਰ ਪੰਜ ਪੰਜ ਘੰਟੇ ਤੁਸੀਂ ਨੇੜੇ ਪਿੰਡਾਂ 'ਚ ਬੈਠੇ ਹੋ, ਆਪਣੀਆਂ ਹਾਜ਼ਰੀਆਂ ਬਾਈ ਯਕੀਨੀ ਤੌਰ ਤੇ ਬਣਾਓ। ਸਾਡੇ ਬਜ਼ੁਰਗਾਂ ਦਾ, ਸਾਡੇ ਬੈਠੇ ਉੱਥੇ ਭਰਾਵਾਂ ਦਾ ਸਾਥ ਦੇਗੇ। ਸੋ ਮੈਂ ਫਿਰ ਅਪੀਲ ਕਰਦਾ ਬਾਈ, ਗੱਲਾਂ ਬਾਤਾਂ ਆਪਾਂ ਕਰਦੇ ਰਹਾਂਗੇ। ਮੇਰੇ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਖਾਤੇ ਨੇ ਬਾਈ, ਉਹ ਸਰਕਾਰ ਨੇ ਬੰਦ ਕਰ ਦਿੱਤੇ, ਅੜਾ ਦਿੱਤੇ ਆ, ਇੱਥੇ ਆਉਂਦੇ ਵੀ ਨਹੀਂ ਹੈਗੇ। ਆ ਨਵਾਂ ਭਰਾਵੋ ਖਾਤਾ ਬਣਾਇਆ ਆਪਣੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਸੋ ਇਹਦੇ ਨਾਲ ਮੇਰਾ ਵੀਰ, ਇਹ ਮੇਰਾ ਪੇਜ ਨਵਾਂ ਬਣਿਆ ਹੋਇਆ ਜਿਹਤੇ ਮੈਂ ਅੱਜ ਬੋਲ ਰਿਹਾ, ਇਹਦੇ ਨਾਲ ਤੁਸੀਂ